ਸਤਿ ਸ਼੍ਰੀ ਅਕਾਲ ਜੀ। ਅੱਜ ਸਾਡੀ ਪੇਕੇ ਵਿਸਾ ਦੀ ਟੀਮ ਕਸਬਾ ਰੁੜਕੀ ਬਹਾਦਰਗੜ੍ਹ ਜਿਹੜਾ ਪਟਿਆਲਾ ਤੋਂ ਚੰਡੀਗੜ੍ਹ ਰੋਡ ਦੇ ਉੱਤੇ ਸਥਿਤ ਹੈ ਉੱਥੇ ਬੈਠੇ ਹਾਂ ਜੀ। ਅਤੇ ਹਮੇਸ਼ਾ ਦੀ ਤਰ੍ਹਾਂ ਅੱਜ ਫਿਰ ਅਸੀਂ ਇੱਕ ਐਸੀ ਸ਼ਖਸੀਅਤ ਨਾਲ ਤੁਹਾਡੀ ਮੁਲਾਕਾਤ ਕਰਾਵਾਂਗੇ ਜਿਨ੍ਹਾਂ ਦਾ ਤਾਲੁਕ ਲਹਿੰਦੇ ਪੰਜਾਬ ਨਾਲ ਹੈ ਅਤੇ ਉਹ ਆਪਣੇ ਬਚਪਨ ਦੀਆਂ ਯਾਦਾਂ ਤੁਹਾਡੇ ਨਾਲ ਸ਼ੇਅਰ ਕਰਨਗੇ। ਅਤੇ ਹੁਣ ਅਸੀਂ ਮੁਖਾਤਬ ਹੁੰਦੇ ਹਾਂ ਉਸ ਸ਼ਖਸੀਅਤ ਨਾਲ ਜਿਨ੍ਹਾਂ ਨੂੰ ਮਿਲਣ ਵਾਸਤੇ ਅੱਜ ਅਸੀਂ ਇੱਥੇ ਪਹੁੰਚੇ ਹਾਂ। ਹਾਂਜੀ ਸਰਦਾਰ ਜੀ, ਆਪਣਾ ਕੀ ਨਾਂ? ਅਮਰੀਕ ਸਿੰਘ। ਅਤੇ ਆਪਣੇ ਪਿਤਾ ਜੀ ਦਾ ਕੀ ਨਾਂ ਸੀ? ਸ਼ਮਸ਼ੇਰ ਸਿੰਘ। ਅਤੇ ਦਾਦਾ ਜੀ ਦਾ? ਬੁੱਧ ਸਿੰਘ। ਬੁੱਧ ਸਿੰਘ, ਸਰਦਾਰ ਬੁੱਧ ਸਿੰਘ। ਅੱਛਾ ਜੀ, ਅਤੇ ਤੁਹਾਡਾ ਪਿਛੋਕੜ ਕੀ ਹੈ, ਕਿਹੜੇ ਪਿੰਡ ਤੋਂ ਤੁਸੀਂ ਇੱਥੇ ਆਏ ਹੋ? ਅਸੀਂ ਮੇਲੋ ਵਾਲੇ ਨੇ, ਪਿਛਲੇ ਪਿੰਡ ਵਾਲਾ। ਅੱਛਾ, ਅਤੇ ਤਹਿਸੀਲ? ਤਹਿਸੀਲ ਵੀ ਕੁਝ ਨਾਲ ਸੀ। ਅੱਛਾ, ਅਤੇ ਉਹ ਜਿਹੜਾ ਪਿੰਡ ਸੀ ਉਹਦੇ ਉਦੋਂ ਤੁਹਾਡੀ ਉਮਰ ਕਿੰਨੀ ਸੀ? ਮੈਂ ਚੌਥੀ ਕਲਾਸ 'ਚ ਪੜ੍ਹਦਾ ਹਾਂ ਜਦੋਂ ਹੱਲੇ ਪੈ ਨੇ। ਅੱਛਾ, ਅਤੇ ਉੱਥੋਂ ਦੇ ਆਲੇ ਦੁਆਲੇ ਦੇ ਕੋਈ ਪੰਜ ਸੱਤ ਪਿੰਡਾਂ ਦੇ ਨਾਂ ਤੁਹਾਨੂੰ ਦੱਸੋ। ਇੱਕ ਪਿੰਡ ਦਾ ਨਾਂ ਯਾਦ ਹੈ, ਥੱਤਾ ਮੋਹਰ ਸਿੰਘ ਦਾ, ਇੱਕ ਮੁਗਲਾਂ ਦਾ ਥੱਤਾ। ਇਹ ਦੋ ਛੋਟੇ ਛੋਟੇ ਪਿੰਡ ਸਨ, ਮੁਗਲਾਂ ਇੱਕ ਮੁਗਲਾਂ ਦਾ ਸੀ, ਇੱਕ ਮੋਹਰ ਸਿੰਘ ਦਾ ਸੀ। ਅੱਛਾ, ਦੋ ਪਿੰਡ ਸਨ। ਅਗਾਂਹ ਫਿਰ ਇਮਨਾਬਾਦ ਆ ਜਾਂਦਾ ਸੀ, ਵਿਸਾਖੀ ਜਿੱਥੇ ਭੱਟਦੇ ਸੀ। ਕਿੰਨੀ ਦੂਰ ਸੀ ਉੱਥੋਂ ਇਮਨਾਬਾਦ ਤੁਹਾਡੇ ਪਿੰਡ ਤੋਂ? ਸਾਡੇ ਪਿੰਡੋਂ ਸਾਰੀ 2 ਮੀਲ ਸੀ। ਅੱਛਾ, ਮੇਲੋ ਵਾਲੇ ਦੂਰ ਅਸੀਂ ਜੋ ਜਾਂਦੇ ਸੀ ਪੈਦਲ, ਇਹ ਆ ਮੁਗਲਾਂ ਸਟਾਇਆ ਪਾਸੇ ਮੋਹਰ ਸਿੰਘ ਨਾਲ ਗੱਭੇ ਨੂੰ ਸੜਕ ਜਾਂਦੀ ਸੀ, ਪੈ ਜਾਂਦੇ ਹੁਣ ਜ਼ਮਾਨੇ ਸਿੱਧਾ ਉੱਠ ਲੱਗਿਆ ਵਿਸਾਖੀ ਵੇਖਣ। ਕੁਜਰਾਂ ਵਾਲਾ ਤੁਹਾਡੇ ਪਿੰਡ ਤੋਂ ਕਿੰਨੀ ਦੂਰ ਸੀ? ਕੁਜਰਾਂ ਵਾਲੇ ਸਾਡਾ ਸਟੇਸ਼ਨ ਸੀ, ਕੁਜਰਾਂ ਵਾਲੇ ਸਾਡੇ ਇਮਨਾਬਾਦ। ਅੱਛਾ, ਸਟੇਸ਼ਨ ਇਮਨਾਬਾਦ ਲੱਗਦਾ ਸੀ ਤੁਹਾਨੂੰ? ਹਾਂਜੀ। ਅਤੇ ਅੱਛਾ, ਅਤੇ ਤੁਹਾਡੇ ਪਿੰਡ ਜਿਹੜਾ ਸੀ ਉਹਦੇ 'ਚ ਕਿਹੜੀਆਂ ਕਿਹੜੀਆਂ ਕੌਮਾਂ ਵੱਸਦੀਆਂ ਸੀ? ਜ਼ਿਆਦਾ ਵਿਰਕੇ ਸਨ ਉੱਥੇ। ਅੱਛਾ, ਕਿੰਨੇ ਕੁ ਘਰ ਸਨ ਵਿਰਕਾਂ ਦੇ? ਵਿਰਕਾਂ ਦਾ ਘਰ ਹੋਣਾ ਉੱਥੇ ਮੇਰੇ ਕੋਲ 100 ਘਰ ਹੋਣੇ। 100 ਘਰ ਹੋਣਾ? ਅਤੇ ਜਾਂ ਇੱਕ ਮਰਾਸੀਆਂ ਦਾ ਸੀ, ਉਹਨਾਂ ਦਾ ਨਾਂ ਯਾਦ ਹੈ? ਮਰਾਸੀਆਂ ਨਾਂ ਕੋਈ ਯਾਦ ਡੇਰੇ ਦਾ ਕਿਸੇ ਦਾ? ਜਾਂ ਇਹ ਮਜ਼ਬੀ ਸਨ, ਈਸਾਈ। ਈਸਾਈ, ਇਹਨਾਂ ਦੇ ਕਿਸੇ ਵਡੇਰੇ ਦਾ ਨਾਂ ਯਾਦ ਹੈ? ਨਾ, ਕੋਈ ਯਾਦ ਨਹੀਂ। ਇੱਕ ਦਾ ਈਸਾਈ ਦਾ ਯਾਦ ਪਤਾ ਮੈਨੂੰ, ਉਹ ਗਾਮੀ ਉਹਨੂੰ ਅਸੀਂ ਕਹਿ ਕਰਦੇ ਹਾਂ। ਅੱਛਾ, ਉਹਦੀ ਉਦੋਂ ਕਿੰਨੀ ਕੁ ਉਮਰ ਸੀ? ਉਦੋਂ ਹੈ ਸੀ 30 ਸਾਲ ਦਾ ਸੀ ਉਦੋਂ। ਉਦੋਂ ਹਾਂ 30-35 ਸਾਲ ਦਾ। ਹੋਰ ਮੁਸਲਮਾਨਾਂ 'ਚ ਹੋਰ ਕਿਹੜੀ ਕੌਮ? ਹੋਰ ਨਹੀਂ ਆਪਾਂ ਕਿਸੇ ਨੂੰ ਜਾਣਦੇ। ਹੋਰ ਤੁਸੀਂ ਦੱਸ ਰਹੇ ਸੀ ਨਾ ਕੋਈ ਕੌਮ? ਹਾਂਜੀ, ਹੋਰ ਇੱਕ ਤਾਂ ਮਰਾਸੀਆਂ ਦਾ ਘਰ ਸੀ। ਹਾਂਜੀ, ਇੱਕ ਸਾਈਆਂ ਦਾ, ਇੱਕ ਹੋਰ ਕੌਮ ਤੁਸੀਂ ਦੱਸ ਰਹੇ ਸੀ? ਹੋਰ ਜਿਹੜੇ ਰੰਗ ਦੇ ਰੂੰਦੇ ਸੀ, ਕੀ ਕਹਿੰਦੇ ਤੁਸੀਂ? ਮਰਾਸੀ ਨਹੀਂ, ਲਲਾਰੀ ਜਿਹੜੇ ਕਹਿੰਦੇ ਸੀ ਤੁਸੀਂ? ਉਹ ਮਰਾਸੀ ਸੀ ਨਾ? ਉਹ ਮਰਾਸੀ ਲਲਾਰੀ ਜ਼ਿਆਦਾ ਮਰਾਸੀ ਸੀ। ਨਹੀਂ, ਰੰਗਣ ਦਾ ਕੰਮ ਕੱਪੜਾ ਉਹ ਮਰਾਸੀ ਕਰਦੇ? ਮਰਾਸੀ ਰੰਗਦਾ ਸੀ। ਅੱਛਾ, ਨਹੀਂ ਮੈਂ ਇੱਕ ਲਲਾਰੀ ਕੌਮ ਵੀ ਹੁੰਦੀ ਹੈ ਨਾ? ਲਲਾਰੀ ਵੱਖਰੇ, ਮਰਾਸੀ ਸੀ। ਅੱਛਾ, ਉਹਨਾਂ ਦੇ ਕਿੰਨੇ ਕੁ ਘਰ ਸੁਣੇ? ਉਹਦੇ 2 ਘਰ ਸਨ ਸਾਰੇ। ਅੱਛਾ, ਅਤੇ ਤੁਹਾਡੇ ਪਿੰਡ ਦਾ ਕਿੰਨਾ ਕੁ ਰਕਬਾ ਸੀ? ਸਾਡੇ ਪਿੰਡ ਦਾ ਰਕਬਾ ਬਹੁਤ ਜ਼ਿਆਦਾ ਸੀ, ਆਲੇ ਦੁਆਲੇ ਪਿੰਡਾਂ ਨਾਲੋਂ ਦੁੱਗਣਾ। ਤਾਂ ਵੀ ਕਿੰਨੇ ਕੁ ਮੁਰੱਬੇ ਜਾਂ ਕਿੱਲੇ? 10 ਮੁਰੱਬੇ ਸਾਡੀ ਇਕੱਲਿਆਂ ਦੀ ਜ਼ਮੀਨ ਸੀ, ਬਾਕੀ ਹੋਰਨਾਂ ਦੀ ਸੀ। ਅੱਛਾ, ਅਤੇ ਤੁਹਾਡੇ ਪਿੰਡ ਦਾ ਲੰਬੜਦਾਰ ਸੀ, ਕੋਈ ਨਾਂ ਜਾਣਦੇ ਉਹਦਾ? ਇੱਕ ਦਾ ਮੈਂ ਨਾਂ ਜਾਣਨਾ, ਉਹ ਇੱਧਰ ਆ ਗਿਆ ਸੀ ਫਿਰ ਮਰ ਗਿਆ, ਇੰਦਰ ਸਿੰਘ। ਬਸ ਉਹ ਲੰਬੜਦਾਰ ਸੀ? ਉਹ ਲੰਬੜਦਾਰ ਸੀ। ਅਤੇ ਹੋਰ ਇੱਕ ਹੋਰ ਲੰਬੜਦਾਰ ਸੀ, ਬੁੱਢਾ ਸਿੰਘ, ਉਹ ਸਾਡੇ ਪਿਤਾ ਕੋਲ ਮਰ ਗਿਆ ਸੀ। ਪਿਤਾ ਮਤਲਬ ਉਹ ਕਤਲ ਹੋ ਗਿਆ ਸੀ? ਉਹ ਕਤਲ ਹੋ ਗਿਆ ਸੀ, ਫਿਰ ਉਹਦੇ ਮਤਲਬ ਸਾਡੇ ਕੇਸ ਚੱਲਿਆ। ਉਹ ਵੀ ਵਿਰਕਾਂ 'ਚੋਂ ਸੀ? ਬਿਲਕੁਲ ਵਿਰਕੇ ਸਨ ਸਾਰੇ, ਮਤਲਬ ਹਾਂ ਵਿਰਕ ਸਨ। ਅਤੇ ਹੋਰ ਮਤਲਬ ਇੱਕ 2 ਲੰਬੜਦਾਰ ਸਨ ਤੁਹਾਡੇ ਪਿੰਡ? ਹਾਂ 2 ਸਨ। ਅਤੇ ਹੋਰ ਤੁਹਾਡੇ ਪਿੰਡ 'ਚ ਕੋਈ ਸਿਰ ਕਢਵਾਂ ਬੰਦਾ ਹੋਰ ਕਿਹੜਾ ਸੀ? ਹੋਰ ਤਾਂ ਕੋਈ ਬੰਦਾ ਹੈ ਨਹੀਂ ਸੀ, ਇਹੋ ਸਨ। ਨਹੀਂ, ਵੱਡੇ ਕੋਈ ਹੋਣੇ ਨੇ ਜਿਵੇਂ ਪਿੰਡ 'ਚ ਹੁੰਦੇ ਨਾ ਮੋਹਤਬਰ ਬੰਦੇ, ਪੰਚਾਇਤੀ ਬੰਦੇ? ਉਹ ਸਾਡੇ ਦਾਦੇ ਦੇ ਭਤੀਜੇ ਹਨ ਸਾਰੇ। ਕੀ ਨਾਂ ਸੀ? ਹਜੋਰ ਸਿੰਘ, ਸਿਮਰੇਜ ਸਿੰਘ, ਇਹ 3-4 ਘਰ ਸਨ ਇਹ ਭਤੀਜੇ ਸਾਡੇ ਦਾਦੇ ਜੀ। ਅਤੇ ਜੈਲਦਾਰ ਵੀ? ਨਾ, ਜੈਲਦਾਰ ਢਿੱਲਾਂ ਵਾਲੇ ਸੀ, ਢਿੱਲੋਂ ਵਾਲੇ। ਉਹ ਤੁਹਾਡੇ ਪਿੰਡ ਦੇ? ਨਾਲ ਪਿੰਡ ਸੀ। ਕਿਹੜਾ ਪਿੰਡ? ਢਿੱਲੋਂ ਵਾਲੀ। ਢਿੱਲੋਂ ਮਾੜੀ, ਉੱਥੋਂ ਦਾ ਸੀ ਜੈਲਦਾਰ? ਉੱਥੋਂ ਦਾ ਸੀ। ਨਾਂ ਕੀ ਸੀ ਉਹਦਾ? ਬਲਵੀਰ ਸਿੰਘ। ਬਲਵੀਰ ਸਿੰਘ, ਅੱਛਾ। ਅਤੇ
ਤੁਸੀਂ ਉੱਥੇ ਤੁਹਾਡੇ ਪਿੰਡ 'ਚ ਮੰਦਰ ਗੁਰਦੁਆਰਾ ਕੋਈ ਮਸੀਤ ਹੈ ਸੀ? ਗੁਰਦੁਆਰਾ ਤਾਂ ਹੈ ਸੀ, ਮਸੀਤ ਮਸੂਤ ਕੋਈ ਨਹੀਂ ਸੀ, ਮੰਦਰ ਵੀ ਹੈ ਨਹੀਂ ਸੀ ਨਾ। ਸਰਦਾਰਾਂ ਦਾ ਪਿੰਡ ਸੀ, ਉੱਥੇ ਕਿੰਨੇ ਮਸੀਤ ਬਣਾਉਣੀ ਸੀ ਗੁਰਦੁਆਰਾ? ਨਹੀਂ ਮੁਸਲਮਾਨ ਹੈ ਸਨ ਨਾ ਉੱਥੇ, ਮੈਂ ਉਹਨਾਂ ਨੇ ਸ਼ਾਮਿਲ ਹੋਈ। ਅਤੇ ਗੁਰਦੁਆਰਾ ਪੱਕਾ ਸੀ ਕੱਚਾ ਸੀ? ਪੱਕਾ ਸੀ ਗੁਰਦੁਆਰਾ ਦੇ। ਅੱਛਾ, ਅਤੇ ਉੱਥੇ ਹੁਣ ਉਸ ਜ਼ਮਾਨੇ 'ਚ ਖੂਹਾਂ ਦੇ ਕੁਛ ਨਾਂ ਹੁੰਦੇ ਸੀ ਆਲੇ ਦੁਆਲੇ, ਖੂਹਾਂ ਦੇ ਨਾਂ ਜਾਣਦੇ ਹੋ ਕੁਛ? ਦੱਸੋ ਕੋਈ ਨਾਂ ਤੁਹਾਨੂੰ ਯਾਦ ਹੋਣ ਤਾਂ। ਇੱਕ ਖੂਹ ਅੰਬ ਵਾਲਾ ਹੁੰਦਾ ਸੀ। ਅੱਛਾ, ਉੱਥੇ ਇੱਕ ਵੱਡਾ ਅੰਬ ਵਾਲਾ, ਇੱਕ ਛੋਟਾ ਅੰਬ ਵਾਲਾ, ਬਸ ਦੋ ਹੀ ਖੂਹ ਸਨ? ਹੈ ਤਾਂ ਬਥੇਰੇ ਹੈ, ਇੱਕ ਬੋੜ ਵਾਲਾ ਖੂਹ ਆਈਦਾ ਸੀ। ਅੱਛਾ, ਇਹ ਤਿੰਨ ਖੂਹ ਵੇਖੇ ਨੇ ਮੈਂ। ਅੱਛਾ, ਬਾਕੀ ਨਹਿਰ ਦਾ ਪਾਣੀ ਜ਼ਿਆਦਾ ਸੀ। ਅੱਛਾ, ਨਹਿਰ ਹੀ ਪਾਣੀ ਲੱਗਦਾ ਸੀ ਤੁਹਾਨੂੰ? ਫਸਲਾਂ ਕਿਹੜੀਆਂ ਕਿਹੜੀਆਂ ਹੁੰਦੀਆਂ ਸੀ ਤੁਹਾਡੇ ਉੱਥੇ? ਫਸਲਾਂ ਬੜੀਆਂ। ਕਿਹੜੀਆਂ ਕਿਹੜੀਆਂ ਨਾਂ ਦੱਸੋ? ਵਟਾਨਕ ਕਣਕ ਉਦੋਂ ਨਿਕਲੀ ਸੀ ਸਾਡੇ ਪਿੰਡ ਨੇ, ਸਭ ਤੋਂ ਪਹਿਲਾਂ ਵਟਾਨਕ ਬੀਜੀ ਸੀ। ਅੱਛਾ, ਲੋਕ ਵੇਖਣ ਆਉਂਦੇ ਹਨ। ਠੀਕ ਹੈ, ਹੋਰ ਕਿਹੜੀ ਫਸਲ ਹੁੰਦੀ ਸੀ? ਹੋਰ ਮੁੰਜੀ ਹੁੰਦੀ ਸੀ, ਮੁੰਜੀ ਆਮ ਹੁੰਦੀ ਸੀ। ਹੋਰ ਬਾਕੀ ਹੋਰ ਸਾਰੀਆਂ ਫਸਲਾਂ ਹੁੰਦੀਆਂ ਹਨ, ਮੁੰਜੀ ਆਮ ਹੁੰਦੀ ਸੀ, ਗੰਨਾ ਪੱਕੀ ਫਸਲ ਬੀਜਦੇ ਹਨ। ਅੱਛਾ, ਜ਼ਿਆਦਾ ਹੋਰ ਉਸ ਜ਼ਮਾਨੇ 'ਚ ਕੋਈ ਕੋਈ ਬਾਬਿਆਂ ਦੇ ਡੇਰੇ ਡੂਰੇ ਹੁੰਦੇ ਸੀ, ਕੋਈ ਸਮਾਧਾਂ ਹੁੰਦੀਆਂ ਸੀ, ਜਾਂ ਕਿਤੇ ਮੇਲੇ ਮੂਲੇ ਲੱਗਦੇ ਸੀ? ਕੋਈ ਮੇਲਾ ਨਹੀਂ ਸੀ ਲੱਗਦਾ, ਕੋਈ ਸਮਾਧਾਂ ਨਹੀਂ ਸਨ ਉੱਥੇ। ਅੱਛਾ, ਅਤੇ ਹੋਰ ਤੁਸੀਂ ਦੱਸਦੇ ਨਾ, ਵਿਸਾਖੀ ਕਿਤੇ ਕਿੱਥੇ ਲੱਗਦੀ ਸੀ? ਇਮਰਾਬਾਦ। ਅੱਛਾ, ਰੋਟੀ ਸਾਹਿਬ। ਅੱਛਾ, ਅਤੇ ਫਿਰ ਗਏ ਹੋ ਤੁਸੀਂ ਵਿਸਾਖੀ ਵੇਖਣ? ਮੈਂ ਵਿਸਾਖੀ 'ਤੇ ਅਸੀਂ ਨਿੱਕੇ ਨਿੱਕੇ ਹੁੰਦੇ ਜਾਂਦੇ ਹਾਂ, ਛਾਲਾਂ ਮਾਰਦੇ ਵੀ ਚਲੋ ਬਾਈ। ਅੱਛਾ, ਅਤੇ ਕੀ ਹੁੰਦਾ ਸੀ ਵਿਸਾਖੀ 'ਤੇ, ਫਿਰ ਕੀ ਪ੍ਰੋਗਰਾਮ ਉੱਥੇ ਹੁੰਦਾ ਸੀ? ਪ੍ਰੋਗਰਾਮ ਬਹੁਤ ਗਾਉਣ ਗੁਣ ਵਾਲੀਆਂ ਆਉਂਦੀਆਂ ਉਹਨਾਂ ਜ਼ਮਾਨੇ 'ਚ, ਉਹਨਾਂ ਨੂੰ ਕੰਜਰੀਆਂ ਕਹਿੰਦੇ, ਉਹ ਗਾਉਂਦੀਆਂ ਹੁੰਦੀਆਂ ਭੈਣ 'ਚੋਂ, ਅਤੇ ਉਹਨਾਂ ਸਾਹਿਬਾਨ ਲਾਣੇ ਉੱਥੇ ਉਹਨਾਂ ਨੇ ਗਾਉਣਾ। ਅੱਛਾ, ਅਤੇ ਸਾਡੇ ਬੁੜੇ ਪਸੰਦ ਨਹੀਂ ਹੈ ਕਰਦੇ। ਨਹੀਂ, ਗੁਰਦੁਆਰੇ ਦੇ ਆਲੇ ਦੁਆਲੇ ਇਸਦਾ ਕੁਛ ਹੁੰਦਾ ਸੀ ਕਿ ਦੂਰ ਹੁੰਦੇ ਸੀ ਗੁਰਦੁਆਰੇ ਤੋਂ? ਕੌਣ? ਨਹੀਂ, ਗੁਰਦੁਆਰਾ ਵੀ ਤਾਂ ਨੇੜੇ ਹੁੰਦਾ ਸੀ, ਉੱਥੇ ਵੀ ਕੰਜਰੀਆਂ ਦਾ? ਨਾ ਨਾ, ਉੱਥੇ ਨਹੀਂ ਗੁਰਦੁਆਰੇ, ਉਹਦੇ ਦੂਰ ਹੁੰਦੀਆਂ ਹਨ, ਦੂਰ ਮੇਲਾ ਹੋਰ ਵੀ ਲੱਗਦਾ ਸੀ ਨਾ, ਦੂਰ ਮੇਲਾ ਲੱਗਦਾ। ਉਹਦੇ 'ਚ ਸ਼ਾਮਿਲ ਫਿਰ ਸਾਰੇ ਸਿੱਖ ਹੀ ਹੁੰਦੇ ਸੀ ਜਾਂ ਦੂਜੇ ਵੀ ਲੋਕ ਹੁੰਦੇ ਸੀ? ਉੱਥੇ ਮੁਸਲਮਾਨ ਵੀ ਆਉਂਦੇ ਹਨ। ਅੱਛਾ, ਭੇੜੀ ਦੇ ਗੱਡੇ ਉਹ ਢੱਗੇ ਆਉਂਦੇ, ਭੇੜੀ ਪਿੰਡ ਆਉਂਦਾ, ਕੋਈ ਸ਼ਹਿਰ ਏਰੀਆ, ਉਹਦੇ ਬਲਦ ਆਉਂਦੇ ਹੈ ਵਿਕਣ ਵਾਸਤੇ। ਅੱਛਾ, ਮੰਡੀ ਵੀ ਲੱਗਦੀ ਸੀ? ਮੰਡੀ ਲੱਗ ਰਹੀ ਸੀ। ਅੱਛਾ, ਲੋਕਾਂ ਉੱਥੋਂ ਜਾ ਕੇ ਭੇੜੀ ਦੇ ਡੱਬ ਖੜੱਬੇ ਬਲਦ ਆਉਂਦੇ ਉਹ ਲਿਆਉਣੇ। ਕਿੰਨੇ ਕਿੰਨੇ ਕੁ ਦਿਨ ਦਾ ਹੁੰਦਾ ਸੀ ਮੇਲਾ ਵਿਸਾਖੀ ਦਾ? ਉਹ ਤਾਂ ਬਹੁਤ ਭਾਰੀ ਉਹਨਾਂ, ਉਹ ਲੱਗ ਕਿੰਨੇ ਦਿਨ ਲੱਗ ਦਿਨ ਕਿੰਨੇ? ਅੱਠ ਦਿਨ ਰਹਿੰਦਾ ਸੀ। 8 ਦਿਨ? ਅੱਛਾ, ਅਤੇ ਅਮਨਾਬਾਦ ਉੱਥੋਂ ਜਿਹੜਾ, ਉਹ ਤਾਂ ਰੋੜੀ ਸਾਹਿਬ ਹੋ ਗਿਆ, ਜਿਹੜਾ ਉੱਥੋਂ ਅਮਨਾਬਾਦ ਜਿਹੜਾ ਸ਼ਹਿਰ ਸੀ ਜਾਂ ਕਸਬਾ ਸੀ, ਉਹ ਕਿੰਨੀ ਕੁ ਦੂਰ ਸੀ ਗੁਰਦੁਆਰੇ ਤੋਂ? ਉਹ ਤਾਂ ਕੋਲੀ ਸਿਰ ਦਾ ਵੀ ਨਹੀਂ ਸੀ। ਅੱਛਾ, ਕੋਲੀ ਸੀ, ਠੀਕ ਹੈ। ਅਤੇ ਤੁਹਾਡਾ ਜਿਹੜਾ ਪਿੰਡ ਸੀ ਫਿਰ, ਉਹ ਪਿੰਡ ਵਾਲੇ ਪਾਸੇ ਸੀ ਅਮਨਾਬਾਦ ਜਾਂ ਦੂਜੇ ਪਾਸੇ ਸੀ? ਦੂਜੇ ਪਾਸੇ ਸੀ। ਕਿਹੜੀ ਸੜਕ ਪੈਂਦੀ ਸੀ ਉਹ? ਉਦੋਂ ਪਿੰਡ 'ਚ ਵਿਆਹ ਸ਼ਾਦੀਆਂ ਜਿਹੜੀਆਂ ਹੁੰਦੀਆਂ ਸੀ ਉਹ ਕਿਸ ਤਰ੍ਹਾਂ ਹੁੰਦੀਆਂ ਸੀ? ਉਹ ਤਾਂ ਬੜੀ ਸਾਦੀ ਹੁੰਦੀ ਸੀ ਵਿਆਹ ਸ਼ਾਦੀਆਂ। ਕੀ ਕੋਈ ਖਾਣ ਪੀਣ ਹੁੰਦਾ ਹੋਰ? ਕੋਈ ਤੰਬੂ ਕਨਾਤਾਂ ਨਹੀਂ ਹੁੰਦੀਆਂ। ਅੱਛਾ, ਕਹਿਣਾ ਵੀ ਅੱਜ ਫਲਾਣੇ ਬਰਾਤ ਆਉਣੀ ਹੈ, ਲਿਆ ਵੀ ਤੁਸੀਂ ਦੁੱਧ ਭੇਜੋ, ਸਾਰੇ ਆਪਣਾ ਦੁੱਧ ਭੇਜ ਦਿੰਦੇ ਹਨ, ਮੰਜੇ ਲਾ ਰਹੇ ਨੇ ਗੁਰਦੁਆਰੇ, ਅਤੇ ਉੱਥੇ ਬਰਾਤ ਨੂੰ ਬੰਨੇ, ਉਹਨਾਂ ਢੋਲ ਢੂ ਵਾਲੇ ਆਉਣਾ, ਉਹਨੇ ਦੋ ਘੜੀ ਵਜਾਉਣਾ, ਅਤੇ ਉੱਥੇ ਬਰਾਤ ਨੇ ਗੁਰਦੁਆਰੇ ਰਾਤ ਨੂੰ ਰਹਿਣਾ। ਅੱਛਾ, ਇੱਕ ਰਾਤ ਰੱਖਦੇ ਹਨ। ਅਤੇ ਬਰਾਤਾਂ ਆਉਂਦੀਆਂ ਜਾਂ ਜਾਂਦੀਆਂ ਕਿਹੜੇ ਕਿਵੇਂ ਸਨ? ਉਹ ਡੋਲੇ ਹੁੰਦੇ ਹਨ, ਡੋਲੇ 'ਚ ਲੈ ਕੇ ਜਾਂਦੇ ਹਾਂ। ਅੱਛਾ, ਆਉਂਦੇ ਪੈਦਲ ਸਨ ਜਾਂ ਘੋੜੀਆਂ ਦੇ, ਜ਼ਿਆਦਾ ਘੋੜੀਆਂ ਹੁੰਦੀਆਂ ਹਨ। ਬੱਸਾਂ ਬੁੱਸਾਂ ਨਹੀਂ ਸੀ ਹੁੰਦੀਆਂ? ਕੋਈ ਬੱਸ ਕੋਈ ਕਾਰ ਨਹੀਂ, ਘੋੜੀਆਂ ਨੇ ਆਉਣਾ, ਘੋੜੀਆਂ, ਮੇਰੇ ਕੋਲ ਘੋੜੀ ਹੈ, ਤੁਹਾਡੇ ਕੋਲ ਘੋੜੀ, ਆਪਣੇ ਦਾ ਪਿੰਡਾਂ ਮੰਗ ਲੈਣੀਆਂ, 30-30 ਘੋੜੀਆਂ ਇਕੱਠੀਆਂ ਕਰ ਲੈਣੀਆਂ। ਅੱਛਾ, ਕਿਸੇ ਦੇ 2 ਬਹਿ ਗਏ, ਕਿਸੇ ਦੇ 1 ਬਹਿ ਗਿਆ, ਘੋੜੀਆਂ ਜਾਣੀਆਂ। ਅਤੇ ਫਿਰ ਇਹਦਾ ਮਤਲਬ ਬਰਾਤੀਆਂ ਨਾਲੋਂ ਘੋੜੀਆਂ ਦੀ ਸਾਂਭ ਸੰਭਾਲ ਵਾਸਤੇ ਜ਼ਿਆਦਾ ਖਰਚਾ ਕਰਨਾ ਪੈਂਦਾ? ਅਗਲੇ ਮਾਲਕ ਜਿਹੜੇ ਨੇ ਉਹਨਾਂ ਨੇ ਉਹ ਲਾਗੀ ਰੱਖੇ ਤਾਂ ਤੁਸੀਂ ਗਏ, ਤੁਹਾਡੀ ਘੋੜੀ ਉਹ ਲਾਗੀ ਨੇ ਫੜ ਲੈਣੀ ਆ। ਅੱਛਾ, ਉਹਨੇ ਘੁਮਾ ਕੇ ਉੱਥੇ ਆਪਣੇ ਉਹਨਾਂ ਨੂੰ ਖੁਰਾਕ, ਉਹਨਾਂ ਨੇ ਲੈ ਜਾਣੀ, ਆਪਣੇ ਘਰ ਲੈ ਜਾਣੀ, ਉੱਥੇ
ਦਾਣਾ ਦੂਣਾ ਪੱਠੇ ਪਾਉਣੇ, ਕੋਈ ਦੂਜਿਆਂ ਲੋਕਾਂ ਨੇ ਕਹਿਣਾ ਵੀ ਮੇਰਾ ਲਿਆ ਘੋੜੀਆਂ ਪੰਜ, ਆਪਣੇ ਕੁੜੀ ਦਾ ਵਿਆਹ ਤੇ ਲਿਆ, ਇਹਨਾਂ ਨੂੰ ਆਪਾਂ ਦਾਣਾ ਪਾਉਣਾ। ਮਤਲਬ ਪਿੰਡ ਵਾਲੇ ਸਾਂਭ ਲੈਂਦੇ ਸੀ? ਪਿੰਡ ਵਾਲੇ ਸਾਂਭ ਲੈਂਦੇ। ਹਾਂ ਅੱਛਾ, ਅਤੇ ਫਿਰ ਖਾਣਾ ਪੀਣਾ ਕੀ ਹੁੰਦਾ ਸੀ? ਮਤਲਬ ਖਾਣਾ ਤਾਂ ਬਸ ਬੜੇ ਗੱਲ ਦੇ ਲੱਡੂ ਤੇ ਦਾਲ ਰੋਟੀ ਹੁੰਦੀ ਆ, ਮੁਰਗੇ ਮਰਗੇ ਮੀਟ ਮਰਦ ਕੋਈ ਨਹੀਂ ਹੁੰਦਾ ਉਦੋਂ। ਅੱਛਾ, ਬਸ ਮਤਲਬ ਦੂਜਾ ਸਾਦਾ ਖਾਣਾ ਹੁੰਦਾ? ਸਾਦਾ ਖਾਣਾ, ਥੱਲੇ ਬੈਠ ਕੇ ਉਹ ਵੀ ਥੱਲੇ ਦਰੀਆਂ ਵਿਛਾ ਦੇਣੀਆਂ। ਅੱਛਾ, ਤੇ ਦਰੀਆਂ ਬਹਿ ਕੇ ਖਾਣਾ। ਅੱਛਾ, ਤੇ ਗਾਉਣਾ ਵਜਾਉਣਾ ਨਹੀਂ ਸੀ ਕੁਛ ਹੁੰਦਾ? ਗਾਉਣਾ ਵਜਾਉਣਾ ਔਰ ਉਹਨਾਂ ਜ਼ਮਾਨਿਆਂ 'ਚ ਕਿਹੜਾ ਕੋਈ ਸਪੀਕਰ ਲਾਇਆ ਕਿਸੇ ਨੇ, ਬੜਾ ਕੋਈ ਤਗੜਾ ਉਹਨੇ ਉਹ ਲੈ ਆਉਂਦਾ ਤੇ ਉਹ ਘੜੀ ਘੜੀ ਨਹੀਂ ਯਾਰ ਖੱਪ ਪਾਉਂਦੇ ਨੂੰ ਬੰਦ ਕਰੋ। ਨਹੀਂ ਉਹ ਜਿਵੇਂ ਵਿਆਹ ਰੱਖਿਆ ਗਿਆ, ਹਾਂ, ਤੇ ਜਿਵੇਂ ਉਦੋਂ ਸੱਦਾ ਸੁਦਾ ਕਿਵੇਂ ਭੇਜਦੇ ਸੀ? ਕੀ ਉਹ ਲੱਗ ਹੀ ਭੇਜ ਘਰਾਂ 'ਚ ਸੁਣਾ ਦਿੰਦੇ ਸੀ ਰਿਸ਼ਤੇਦਾਰ ਦੂਰ ਦੇ ਰਿਸ਼ਤੇਦਾਰਾਂ 'ਚ? ਉਹ ਸਾਰੇ ਘਰਾਂ ਸੁਣਾ ਦੇਣਾ। ਨਹੀਂ ਘਰ ਤਾਂ ਉਹ ਤਾਂ ਪਿੰਡ ਦੀ ਗੱਲ ਹੋ ਗਈ ਨਾ, ਮੰਨ ਲੈ ਦੂਰ ਦੇ ਕੋਈ ਮਾਮਿਆਂ ਨੂੰ ਮਾਸੀਆਂ ਨੂੰ ਉੱਥੇ ਫਿਰ ਚਿੱਠੀਆਂ ਪਾ ਦਿੰਦੇ ਹਾਂ ਪਹਿਲਾਂ ਹੀ। ਚਿੱਠੀਆਂ ਪਾਉਂਦੇ ਸੀ? ਚਿੱਠੀਆਂ ਪਾ ਦੇਣੀਆਂ, ਭਾਈ ਫਲਾਣੀ ਜੀ ਦਾ ਵਿਆਹ ਤੁਸੀਂ ਆਉਣਾ, ਤੇ ਨਾਲ ਫਿਰ ਡੱਬੇ ਡੁੱਬੇ ਭੇਜਦੇ ਸੀ? ਕੀ ਉਦੋਂ ਕੀ ਹੁੰਦਾ ਸੀ ਆਪਦਾ? ਡੱਬਾ ਇੱਕ ਭੇਜ ਦਿੰਦੇ ਆ, ਮਠਿਆਈ ਦਾ ਨਾਲ ਭੇਜ ਦੇਣਾ, ਖਾਲੀ ਨਹੀਂ ਹਾਂ ਭੇਜਦੇ, ਡੱਬਾ ਭੇਜ ਦਿੰਦੇ। ਅੱਛਾ, ਉਹ ਸੱਦੇ ਚਲੇ ਗਏ ਉਸ ਤੋਂ? ਹਾਂਜੀ, ਉਹ ਜਦੋਂ ਫਿਰ ਵਿਆਹ ਮਿਥਿਆ ਜਾਂਦਾ ਸੀ ਸੱਦੇ 'ਚ, ਫਿਰ ਉਦੋਂ ਬਾਅਦ ਵਿਆਹ ਤੋਂ ਪਹਿਲਾਂ ਤਿੰਨ ਚਾਰ ਦਿਨ ਜਿਹੜਾ ਹੁੰਦਾ ਸੀ, ਕਿਹੜੇ ਕਿਹੜੇ ਪ੍ਰੋਗਰਾਮ ਹੁੰਦੇ ਸੀ? ਮਾਈਆਂ ਤੁਸੀਂ ਕਹਿ ਰਹੇ ਸੀ ਕੁਛ? ਹਾਂ, ਮਾਈਆਂ ਪੈਂਦੀਆਂ, ਕੁੜੀਆਂ ਗਿੱਧੇ ਪਾਉਣੇ, ਗਾਉਣਾ। ਅੱਛਾ, ਫਿਰ ਉਦੋਂ ਬਾਅਦ ਤਿਆਰੀਆਂ ਕਰਨੀਆਂ, ਰਾਤ ਨੂੰ ਵੀ ਗਾਉਣ ਬਿਠਾਉਣਾ। ਅੱਛਾ, ਉਹ ਕਿੰਨੇ ਕੁ ਦਿਨ ਪਹਿਲਾਂ ਹੁੰਦਾ ਸੀ ਇਹ? ਉਦੋਂ ਤਾਂ 8 ਦਿਨ 10-10 ਦੇ ਲੋਕ ਕਰਦੇ, ਹੁਣ ਤਾਂ 2 ਦਿਨ ਹੀ ਰੱਖਦੇ, ਉਦੋਂ 10-10 ਦਿਨ ਪਹਿਲਾਂ। ਅੱਛਾ, ਮੁੰਡੇ ਦੇ ਵਿਆਹ 'ਤੇ ਕਿਹੜੇ ਗੀਤ ਹੁੰਦੇ ਸੀ ਅਤੇ ਕੁੜੀ ਦੇ ਵਿਆਹ 'ਤੇ ਕਿਹੜੇ ਗੀਤ ਹੁੰਦੇ? ਉਹ ਆਪਾਂ ਨੂੰ ਕੋਈ ਯਾਦ ਨਹੀਂ। ਨਹੀਂ, ਉਹਨਾਂ ਬੋਲਦੇ ਨਾ ਵੀ ਮੁੰਡੇ ਦੀਆਂ ਘੋੜੀਆਂ ਹੁੰਦੀਆਂ ਸੀ, ਕੁੜੀ ਦਾ ਸੁਹਾਗ, ਸੁਹਾਗ ਸੁਹਾਗ ਦੇ ਗੀਤ ਹੁੰਦੇ ਸੀ, ਇਹੀ ਹੈ ਮੇਰੇ ਖਿਆਲ 'ਚ, ਹੈ ਨਾ? ਜਿਸ ਤੱਕ ਮੈਨੂੰ ਜਦੋਂ ਮੁੰਡੇ ਵਿਆਹ ਜਾਣਾ ਘੋੜੀ 'ਚ ਚੜਾਉਣਾ ਉਹਨੂੰ। ਅੱਛਾ, ਕਿਸੇ ਨਾਲ ਘੋੜੀ ਦਾ ਸ਼ਗਨ ਕਰਕੇ ਫਿਰ ਉਹਨੂੰ। ਅੱਛਾ, ਆਮ ਘੋੜੀਆਂ ਨੇ ਲੱਗੇ ਜਾਂਦੇ ਸ਼ਗਨ ਕਰਕੇ, ਨਹੀਂ ਤੇ ਹੁਣ ਤੇ ਬੱਸਾਂ ਕਰ ਰਹੇ ਉਹ ਇੱਕ ਕੀ ਗੁੰਦਦੇ ਹੁੰਦੇ ਸੀ ਕੁੜੀਆਂ, ਭੈਣਾਂ ਗੁੰਦੀਆਂ ਸੀ ਨਾ ਕੁਛ? ਆਹੋ, ਉਹ ਘੋੜੇ ਦੀ ਉਹ ਕੀ ਵਾਗ ਕੀ? ਹਾਂ, ਉਹ ਘੋੜੀ ਦੀ ਉਹ ਵਾਗ ਫੜਿਆ ਕਰਦੀਆਂ ਹਨ, ਗੁਲਾਮ ਜਿਹੜੀ ਹੁੰਦੀ ਉਹ ਫੜਿਆ ਕਰਦੇ ਹਨ, ਉਹ ਕੁੜੀ ਨੇ ਫੜਨੀ ਵੱਡੀ ਭੈਣ ਨੇ। ਅੱਛਾ ਅੱਛਾ, ਸ਼ਰਾਬ ਪੀਂਦੇ ਆ ਵਿਸਾਖੀ 'ਤੇ, ਕੋਈ ਸ਼ਰਾਬ ਪੀ ਕੇ ਨਹੀਂ ਜਾਂਦਾ। ਅੱਛਾ, ਅੱਗੇ ਪਿੱਛੇ ਪੀ ਦਿੰਦੇ? ਅੱਗੇ ਪਿੱਛੇ ਵਿਸਾਖੀ 'ਤੇ ਆਨੇ ਗੁਰੂ ਘਰ ਜਾਣਾ, ਵਿਸਾਖੀ ਨਹੀਂ ਤੇ ਪੀ ਕੇ ਨਹੀਂ ਜਾਣਾ, ਮੁਰਗਾ ਖਾ ਕੇ ਨਹੀਂ ਜਾਣਾ। ਅੱਛਾ, ਠੀਕ ਆ, ਆਪਣੇ ਆਪ ਹੀ ਕੋਈ ਰੱਖਦਾ ਨਹੀਂ ਸੀ। ਠੀਕ ਆ, ਅਤੇ ਫਿਰ ਉਹ ਪਿੰਡ ਦੇ ਵਿੱਚ ਤੁਹਾਡਾ ਫਿਰ ਕਿਵੇਂ ਸੀ ਆਪਣਾ ਵਰਤੋਂ ਜਾਂ ਆਪਸ ਭਾਈਚਾਰੇ ਦਾ ਕਿਵੇਂ ਪਿਆਰ ਮਸਤ ਨਾਲ ਰਹਿੰਦੇ ਸੀ ਜਾਂ ਕੋਈ ਲੜਾਈ ਝਗੜੇ ਵੀ ਹੋ ਜਾਂਦੇ? ਨਾ, ਆਪਣੇ ਆਪਣੇ ਕੰਮ 'ਚ ਧਿਆਨ ਆਪਣੇ ਮਸਤ ਰਹਿੰਦੇ ਹਨ। ਅੱਛਾ, ਅਤੇ ਤੁਸੀਂ ਦੱਸਦੇ ਨੇ ਤੁਹਾਡੇ ਬਜ਼ੁਰਗਾਂ ਦਾ ਕੋਈ ਝਗੜਾ ਝਗੜਾ ਹੋ ਗਿਆ ਸੀ? ਉਹ ਤਾਂ ਪਿੰਡ 'ਚ ਹੋ ਗਿਆ ਸੀ। ਹਾਂ, ਘੋੜੀਆਂ ਹਰੇਕ ਘਰ ਨੇ ਰੱਖੀਆਂ। ਨਹੀਂ, ਪਿੰਡ 'ਚ ਝਗੜਾ ਤੁਸੀਂ ਦੱਸਦੇ ਹੋ ਗਿਆ ਸੀ ਕੋਈ? ਉਹ ਤਾਂ ਕੋਈ ਜ਼ਮੀਨ ਦਾ ਝਗੜਾ ਸੀ। ਅੱਛਾ, ਕਿਸੇ ਨਾਲ ਝਗੜਾ ਹੋ ਗਿਆ? ਉਹ ਸਾਡੀ ਜ਼ਮੀਨ ਸੀ, ਚਾਚੇ ਤਾਇਆ ਜਿਵੇਂ ਇਹਨਾਂ ਦੀ ਮੇਰੀ। ਅੱਛਾ, ਸਿਰਕੇ 'ਚ ਸੀ? ਹਾਂ, ਅਤੇ ਉਹ ਉਹਨੇ ਵਾਹ ਲਈ ਸੀ, ਉਹ ਜੋ ਫਸਲ ਪੱਕ ਗਈ ਮੁੰਜੀ ਅੱਜ ਕੱਲ੍ਹ, ਅਤੇ ਉਹ ਆਇਆ ਮਜ਼ਾਰਾ, ਕਹਿੰਦਾ ਜੀ ਆਪਣੀ ਮੁੰਜੀ ਤੁਸੀਂ ਵੰਡਾ ਲਓ। ਉਹ ਸਾਡਾ ਬਾਪ ਗਿਆ, ਕਹਿੰਦਾ ਉਹ ਦੋ ਨਕਲੀ ਸਮਝੋ ਤੁਸੀਂ, ਮੇਰੇ ਪਿਓ ਦੇ ਸਾਰੇ ਬਣੇ ਸਨ। ਅੱਛਾ, ਉਹ ਮਾਸ਼ੇ ਉਹਨਾਂ ਨੂੰ ਕਹਿੰਦੇ ਉਹ ਆਏ ਸਨ, ਉਹ ਹੈ ਹਰਾਮੀ ਬਨਵਾਸ ਸਨ। ਉਹ ਕਹਿੰਦੇ ਭਾਈਆ ਚੱਲ ਅਸੀਂ ਲਿਆਉਂਦੇ ਹਾਂ ਚੱਕ ਕੇ, ਬਸ ਗੱਲ ਤੇ ਆ ਬਣੀ। ਉਹ ਚਲੇ ਗਏ, ਉਹ ਮੁੰਜੀ ਗਧਿਆਂ ਲੱਦੀ, ਜਾਂ ਘੁਮਾਰ ਢੁੰਡੇ ਗੱਡੇ ਗੁੱਡੇ ਹੁੰਦੇ ਨੇ, ਉਹ ਲਈ ਉਹਨੇ ਦੋ ਡੰਡੇ ਮਾਰੇ ਮੇਰੇ ਪਿਓ ਨੇ ਗਧਿਆਂ ਨੂੰ ਆਪਣੇ ਤਬੇਲੇ 'ਚ ਲਿਆ ਲਾ ਲਏ। ਉਹ ਫਿਰ ਉਹ ਬੰਦੇ ਨੇ ਜਿਹੜਾ ਜਿਹਦੇ ਨਾਲ ਝਗੜਾ ਹੋਇਆ ਉਹ ਆਪ ਤੇ ਪਿੱਛੇ ਹਟ ਗਿਆ, ਉਹ ਲੰਬੜਦਾਰ ਨੂੰ ਮੋਟ ਵੇ ਜਿਵੇਂ ਇੱਥੇ ਦਰਸ਼ਨ ਬਾਮ ਨੇ, ਉਹ ਅੱਗੇ ਆ ਗਿਆ, ਗਾਲਾਂ ਕੱਢਣ ਲੱਗ ਗਿਆ, ਤਾਂ ਤੇਰੇ ਵੇਖਾਂਗਾ ਡੀ ਸੀ ਨੂੰ, ਤੇਰੇ ਵੇਖਾਂ ਰਫਲ, ਤੂੰ ਮਾਰ ਮੈਨੂੰ ਗੋਲੀ ਵੇ। ਉਹ ਦਰਵਾਜ਼ੇ ਭੰਨਣ ਲੱਗ ਗਿਆ। ਉਹ ਫਿਰ ਸਾਡੇ ਬਾਪ ਨੂੰ ਗੁੱਸਾ ਆਇਆ, ਉਹ ਬਣਨੇ ਬਾਅਦ ਮੇਰਾ ਦਾਦਾ ਬੈਠਾ ਆਇਆ ਸੀ ਚੌਂਤਰੇ, ਉਹਨੇ ਸਾਰੇ ਆਣ ਸਾਰੇ ਦਾਦੇ ਨੂੰ ਧੱਕਾ ਮਾਰਿਆ, ਦਾਦਾ ਸਾਡਾ ਗਿਰ ਗਿਆ, ਪੱਗ ਪੁੱਗ ਲੈ ਗਈ। ਉਹ ਬਾਪ ਸਾਡੇ ਨੂੰ ਗੁੱਸਾ ਆਇਆ, ਇਹ ਇੱਧਰ ਦੀ ਤਬੇਲੇ ਹੋ ਕੇ ਕੋਠੇ ਚਵਾਰੇ ਚੜ੍ਹ ਗਿਆ। ਇਹਨੇ ਉਹਨੂੰ ਕਿਹਾ ਬਾਈ ਭਾਈ ਤੂੰ ਚਲਾ ਜਾ, ਤੂੰ ਮੇਰੇ ਦਾਦੇ ਪਿਓ ਨੂੰ ਧੱਕਾ ਮਾਰਿਆ, ਪੱਗ ਲੈ ਗਈ। ਉਹ ਕਹਿੰਦਾ ਤੂੰ ਮਾਰ ਗੋਲੀ ਜਿਹੜੀ ਹੈਗੀ ਹੈ,
ਇਹਨੇ ਤਿੰਨ ਚਾਰ ਵਾਰ ਕਿਹਾ ਉਹ ਨਾ ਹਟਿਆ, ਫਿਰ ਇਹਨੇ ਗੋਲੀ ਮਾਰੀ ਮਰ ਕੇ ਉੱਥੇ ਹੋਰ ਕੇ। ਅੱਛਾ, ਫਿਰ ਉਹਨੂੰ ਸਜ਼ਾ ਹੋ ਗਈ ਉਹਨਾਂ ਨੂੰ? ਫਿਰ ਉਹਨਾਂ ਨੂੰ ਕੇਸ ਚੱਲਿਆ, ਪਿੰਡ ਸਾਰਾ ਬੜਾ ਖਰਾਬ ਹੋ ਗਿਆ ਸੀ ਵੀ ਇਹ ਰੋਟੀ ਕਿਉਂ ਖਾਂਦੇ ਨੇ, ਸਰਦਾਰ ਕੌਣ ਨੇ? ਬਸ ਉਹ ਫਿਰ ਦੋ ਕੁ ਬੰਦਿਆਂ ਨੇ ਗਵਾਹੀ ਦੇ ਦੀ ਤੇ ਉਹ ਸਾਡੇ ਪਿਤਾ ਜੀ ਨੂੰ ਫਿਰ ਫਾਂਸੀ ਹੋ ਗਈ ਸੀ। ਅੱਛਾ, ਇਹ ਮਤਲਬ 47 ਤੋਂ ਕਿੰਨੇ ਸਾਲ ਪਹਿਲਾਂ ਦੀ ਗੱਲ ਆ? 3 ਸਾਲ ਪਹਿਲਾਂ। ਅੱਛਾ, ਮਤਲਬ ਉਦੋਂ ਫਿਰ ਤੁਹਾਡੇ ਪਿਤਾ ਜੀ ਹੈ ਨਹੀਂ ਸਨ ਜਦੋਂ ਤੁਸੀਂ? ਹਾਂਜੀ, ਜਦੋਂ ਇੱਧਰ ਆਏ ਉਦੋਂ ਪਿਤਾ ਜੀ ਤੁਹਾਡੇ ਹੈ ਨਹੀਂ ਸੀ? ਨਾ, ਉਦੋਂ ਤਾਂ ਪਿਤਾ ਜੀ ਚਲੇ ਗਏ। ਅੱਛਾ, ਅਤੇ ਇਹ ਦੱਸੋ ਫਿਰ ਜਦੋਂ ਰੌਲੇ ਪਏ ਨੇ ਤੁਹਾਨੂੰ ਕਿਵੇਂ ਪਤਾ ਲੱਗਿਆ ਵੀ ਰੌਲੇ ਪੈ ਗਏ ਨੇ ਜਾਂ ਕਿਸ ਤਰ੍ਹਾਂ? ਉਹ ਜਿਹਨੂੰ ਸਾਡੇ ਪਿਤਾ ਜੀ ਨੂੰ ਫਾਂਸੀ ਹੋ ਗਈ, ਫਿਰ ਸਾਡਾ ਜਿਹੜੇ ਗੁਰਦਾਸਪੁਰ ਦਾ ਸਾਡੀ ਮਾਂ ਦਾ ਭਰਾ ਸੀ ਤਹਿਸੀਲਦਾਰ ਲੱਗਿਆ। ਅੱਛਾ, ਉਹ ਸਾਡੇ ਕੋਲ ਆ ਗਿਆ। ਅੱਛਾ, ਆਪਣੇ ਬੱਚੇ ਦਾ ਕੋਈ ਕੁੜੀ ਸੀ ਮੁੰਡਾ, ਉਹ ਫਿਰ ਸਾਨੂੰ ਲੈ ਕੇ ਉਹ ਆਇਆ ਫਿਰ। ਅੱਛਾ, ਨਹੀਂ ਇਹ ਦੱਸੋ ਵੀ ਜਦੋਂ ਆਹ ਰੌਲਾ ਪਿਆ ਵੀ ਹਿੰਦੁਸਤਾਨ ਪਾਕਿਸਤਾਨ ਬਣ ਗਿਆ, ਇਹ ਤੁਹਾਨੂੰ ਪਤਾ ਕਿਵੇਂ ਲੱਗਿਆ? ਸਾਨੂੰ ਉਹਨੂੰ ਪਤਾ ਲੱਗ ਗਿਆ, ਹੋਰ ਪਿੰਡ ਵੀ ਤਾਂ ਸੀ ਨਾ ਉਹਨਾਂ ਨੂੰ? ਪਿੰਡ ਦੇ ਨਾਲ ਤਾਂ ਅਸੀਂ ਆਏ ਨੂੰ, ਉਹ ਫਿਰ ਸਾਡੇ ਕੋਲ ਆ ਗਿਆ ਸੀ। ਅੱਛਾ, ਆਪਣੇ ਕੁੜੀ ਮੁੰਡੇ ਲੈ ਕੇ ਉਹ ਸਾਡੇ ਕੋਲ ਵੀ ਮੇਰੀ ਭੈਣ ਦਾ ਰਹਿੰਦੀ ਹੈ, ਬੱਚੇ ਛੋਟੇ ਛੋਟੇ ਨੇ ਤੇ ਮੈਂ ਉਹਨਾਂ ਨੂੰ ਲੈ ਕੇ ਚਲਾ। ਅੱਛਾ, ਉਹ ਤੁਹਾਨੂੰ ਫਿਰ ਰੌਲਾ ਪੈਣ ਤੋਂ ਪਹਿਲੇ ਲੈ ਗਿਆ ਜਾਂ ਰੌਲਾ ਪੈਣ ਤੋਂ ਬਾਅਦ ਲਿਆ? ਰੌਲਾ ਪੈਣ ਤੋਂ ਪਹਿਲਾਂ ਇੱਕ ਦਿਨ। ਅੱਛਾ, ਤੇ ਤੁਹਾਡੇ ਪਿੰਡ ਦੇ ਹਿਲਜੁਲ ਕੋਈ ਨਹੀਂ ਸੀ ਹੋਈ? ਜੇ ਹਿਲਜੁਲ ਜਿਹਨਾਂ ਦੇ ਪਹੁੰਚ ਸੀ, ਕੋਈ ਤੇ ਨਾਲ ਪਿੰਡ ਦੇ ਲਿਖੀ ਸੀ ਮੁਸਲਮਾਨਾਂ ਦਾ, ਜੱਟ ਮੁਸਲਮਾਨ ਸੀ ਉੱਥੇ ਚਲੇ ਗਏ। ਕਿਹੜਾ ਪਿੰਡ ਸੀ? ਲੜਕੀ ਪਿੰਡ। ਅੱਛਾ, ਉਹ ਜੱਟ ਮੁਸਲਮਾਨ ਸਨ ਜ਼ਮੀਨਾਂ ਵਾਲੇ, ਪਹਿਲੀਆਂ ਚ ਸਵਾਇਆ ਸਨ ਜੱਟ, ਸਿੱਖ ਸਨ, ਸਿੱਖ ਸਨ, ਫਿਰ ਉਹ ਮੁਸਲਮਾਨ ਕਦੇ ਪਹਿਲੀਆਂ ਚ ਹੋ ਗਏ। ਉਹਨਾਂ ਨਾਲ ਫਿਰ ਭਾਈਚਾਰਾ ਤੇ ਹੋਣਾ ਹੀ ਆ ਨਾ? ਉਹਨਾਂ ਨਾਲ ਭਾਈਚਾਰਾ, ਵਿਆਹ ਢੰਗਾਂ ਨੇ ਸਾਰੇ ਆਉਂਦੇ ਸਨ ਉਹ। ਅੱਛਾ, ਬਸ ਫਿਰ ਉਹਨਾਂ ਨੇ ਉੱਥੇ ਚਲੇ ਗਏ ਪਿੰਡ ਵਾਲੇ, ਉੱਥੇ ਚਲੇ ਗਏ ਉਹਨਾਂ ਨੇ ਫਿਰ ਉਹਨਾਂ ਦੀ ਮਤਲਬ ਉਹ ਆਣ ਕੇ ਸਾਨੂੰ ਲੈ ਗਏ, ਹਿਫਾਜ਼ਤ ਕੀਤੀ ਆ ਉਹਨਾਂ ਨੇ ਰੱਖਿਆ ਆਪਣੇ ਕੋਲ। ਉੱਥੇ ਖੱਤਰੀਆਂ ਦੋ ਘਰ ਸਨ, ਉਹ ਖੱਤਰੀ ਪਹਿਲਾਂ ਹੀ ਉਹ ਛੱਡ ਆਏ ਵੀ ਤੁਸੀਂ ਜਾਓ, ਇੱਥੇ ਹੁਣ ਸਾਰਾ ਰੌਲਾ ਪੈ ਗਿਆ। ਹੁਣ ਆਪ ਮੁਸਲਮਾਨ ਖੱਤਰੀਆਂ ਨੂੰ ਆਣ ਕੇ ਇੱਥੇ ਅੰਮ੍ਰਿਤਸਰ ਛੱਡ ਕੇ ਗਏ ਸਨ। ਖੱਤਰੀ ਕਿੱਥੇ? ਤੁਹਾਡੇ ਪਿੰਡ ਦੇ ਸਨ? ਨਾ, ਉੱਥੋਂ ਦੇ ਹਾਂ, ਜਿਹੜੇ ਉਹ ਕੁੜਾ ਪਿੰਡ ਦੱਸਿਆ ਤੁਸੀਂ ਮੁਸਲਮਾਨਾਂ ਦਾ, ਉਸ ਪਿੰਡ ਦੇ? ਹੋਰ ਪਿੰਡ ਦੇ। ਤੇ ਤੁਹਾਨੂੰ ਫਿਰ ਤੁਹਾਡੇ ਮਤਲਬ ਨਾਨਕੇ ਲਾਏ ਇੱਥੇ ਗੁਰਦਾਸਪੁਰ? ਉੱਥੇ ਉਹ ਖੱਤਰੀਆਂ ਘਰ ਸੀ, ਫਿਰ ਸਾਡਾ ਮਾਮਾ ਵੀ ਆ ਗਿਆ ਉੱਥੇ ਗੁਜਰਾਲੇ ਰੁੱਟੇ, ਅਸੀਂ ਫਿਰ ਸਾਰੇ ਉਹ ਖੱਤਰੀਆਂ ਘਰ 'ਚ ਰਹੇ। ਉੱਥੇ ਉਹ ਕਿਹੜਾ ਪਿੰਡ ਦੱਸਿਆ ਤੁਸੀਂ? ਦੜਕੀ ਕੀ? ਆ ਲੜਕੀ। ਅੱਛਾ, ਉੱਥੋਂ ਫਿਰ ਤੁਸੀਂ ਗੁਰਦਾਸਪੁਰ ਬਾਅਦ 'ਚ ਆਏ ਹੋ? ਉੱਥੋਂ ਫਿਰ ਅਸੀਂ ਰਹੇ ਕੋਈ 2 ਮਹੀਨੇ। ਅੱਛਾ, ਫਿਰ ਜਦ ਮਿਲਟਰੀਆਂ ਜਾਣ ਲੱਗੀਆਂ ਫਿਰ ਉਹ ਮਾਮਾ ਜੀ ਕਹਿੰਦੇ ਵੀ ਹੁਣ ਚੱਲੀਏ ਆਪਾਂ, ਫਿਰ ਸਾਰੇ ਅਸੀਂ ਇਕੱਠੇ ਆ ਗਏ। ਮਤਲਬ ਪਹਿਲਾਂ ਤੁਸੀਂ ਸੋਚਿਆ ਹੋਣਾ ਵੀ ਰੌਲਾ ਲੱਗਾ ਪਰ ਪਾਤਾ? ਉਹ ਮਾਮਾ ਜੀ ਕਹਿੰਦਾ ਰੌਲਾ ਦੌੜਨਾ ਦਾ, ਅਬੇ ਮੁੜਾਉਣਾ, ਮੈਂ ਮੁੜ ਜਾਏ ਇਹਨੇ ਪੜੀਆਂ ਮੁੱਕ ਜਾਣਾ। ਔਰ ਇਹ ਸੀ ਨਾ, ਸਮਾਨ ਸਮੂਨ ਫਿਰ ਤੁਸੀਂ ਕੋਈ ਨਹੀਂ ਲਿਆ? ਕੋਈ ਸਮਾਨ ਨਹੀਂ ਲੈਂਦਾ, ਕੁਛ ਨਹੀਂ। ਅੱਛਾ, ਤੇ ਮਤਲਬ ਤੁਹਾਡੇ ਖਾਨਦਾਨ ਚੋਂ ਕੋਈ ਮਤਲਬ ਐਸੀ ਕੋਈ ਨੁਕਸਾਨ ਨਹੀਂ ਹੋਇਆ ਕਿਸੇ ਜੀ ਨੂੰ, ਕੋਈ ਸਰਟੀਫਿਕੇਟ? ਪੈਸਾ ਨਹੀਂ ਆਇਆ ਇੱਕ ਵੀ। ਅੱਛਾ, ਪੈਸਿਆਂ ਦੀ ਬੋਰੀ ਸਾਡੀ ਮਾਂ ਕਿਉਂ ਰਹਿੰਦੀ ਸੀ, ਇਹਨੇ ਪਰ ਕੇ ਰੱਖੀ ਸੀ ਬੋਰੀ 'ਚ ਪਾ ਕੇ। ਅੱਛਾ, ਤੂੜੀ ਵਾਲਾ ਘਰ ਸੀ ਸਾਡਾ ਨਾਲ, ਉਹਦੇ ਲੁਕਾਈ ਸੀ, ਉੱਥੇ ਰੱਖੀ ਲੁਕਾਈ। ਬਸ ਜਦੋਂ ਪੈ ਨਾ ਤਾਂ ਤੂੜੀ ਵਾਲੀ ਉਹ ਬੋਰੀ ਚੱਕੀ, ਬਸ ਇਸ ਤਰ੍ਹਾਂ ਹੀ ਛੱਡ ਕੇ ਲੱਕ ਕੱਛੇ ਪਾਏ ਨੇ ਸਲਵਾਰਾਂ, ਇਹਨਾਂ ਜਨਾਨੀਆਂ ਸਲਵਾਰਾਂ ਹਨ, ਉਹ ਕੱਛੇ ਬਣਿਆ ਨਾਲ ਭੱਜ ਲਏ। ਅੱਛਾ, ਤੇ ਫਿਰ ਆਏ ਤੁਸੀਂ ਗੁਰਦਾਸਪੁਰ, ਜਦੋਂ ਆਏ ਉਹ ਕਿਵੇਂ ਕਦ ਤੇ ਆਏ? ਗੱਡੀ ਤੇ? ਉਹਨੇ ਗਵਰਨਮੈਂਟ ਨੇ ਮਿਲਟਰੀ ਭੇਜੀ ਨਾ, ਉਹ ਲੈ ਕੇ ਗਈ ਟਰੱਕਾਂ ਤੇ। ਟਰੱਕਾਂ ਤੇ? ਅੱਛਾ, ਤੇ ਮਤਲਬ ਬਿਲਕੁਲ ਤੁਸੀਂ ਸੇਫ ਆ ਗਏ? ਹਾਂ, ਸੇਫ ਆ। ਤੇ ਫਿਰ ਜਦੋਂ ਤੁਸੀਂ ਆ ਗਏ ਉਹ ਫਿਰ ਕਿੱਥੇ ਤੁਸੀਂ ਰਹੇ, ਕਿੱਥੇ ਕਿੱਥੇ ਰਹੇ, ਜ਼ਮੀਨ ਕਿਵੇਂ ਮਿਲੀ? ਅਸੀਂ ਪਹਿਲਾਂ ਤਾਂ ਰਹੀਏ ਰਹੇ। ਅੱਛਾ, ਅੰਮ੍ਰਿਤਸਰ ਕੋਲ ਰਹੀਆ, ਸਾਡੀ ਮਾਂ ਦੇ ਚਾਚਾ ਸੀ ਜਿਹੜੇ ਦਾ ਲੱਗਾ ਆ। ਅੱਛਾ, ਉਹਦੇ ਕੋਲ ਰਹੇ ਅਸੀਂ 1 ਸਾਲ। ਅੱਛਾ, ਪੰਜ ਚਾਰ ਜੀ ਉਹਦੇ ਮੁੰਡੇ ਸਨ ਬੱਚੇ, ਪੰਜ ਛੇ ਅਸੀਂ ਸਾਂ। ਅੱਛਾ, ਉੱਥੇ ਫਿਰ ਤੁਹਾਨੂੰ ਪਤਾ ਹੀ ਹੈ, ਫਿਰ ਰੌਲਾ ਪੈਂਦਾ ਹੀ ਹੈ। ਕਿੰਨੇ ਕੁ ਰਿਸ਼ਤੇਦਾਰ? ਹਾਂ, ਨਾਲੇ ਉਹ ਜ਼ਿਲ੍ਹੇ ਦਾ ਸੀ, ਕਿੰਨੀ ਕੁ ਤਨਖਾਹ ਹੁੰਦੀ ਹੈ। ਉੱਥੇ ਕੱਟੇ ਅਸੀਂ ਫਿਰ 6 ਮਹੀਨੇ। ਫਿਰ 6 ਮਹੀਨਿਆਂ ਬਾਅਦ ਜ਼ਮੀਨਾਂ ਕਹਿਣ ਲੱਗਿਆ ਵੀ ਪਟਿਆਲਾ ਰਿਆਸਤ ਰਾਜੇ ਜੀ, ਤੁਸੀਂ ਉੱਥੇ ਸਪੀਕਰ 'ਚ ਬੋਲਿਆ। ਉਹ ਆਇਆ ਕਹਿਣ ਲੱਗਾ ਵੀ ਭੈਣ ਤੁਹਾਨੂੰ ਰਿਆਸਤ ਪਟਿਆਲੇ ਜਾਣਾ, ਅਸੀਂ ਕਿੱਥੇ ਘੋਵੇਗੀ? ਉਹ ਕਹਿੰਦਾ ਮੈਂ ਤੁਹਾਨੂੰ ਚਲਾ ਦਿਆਂਗਾ ਆਪੇ, ਤੁਸੀਂ ਬੇਫਿਕਰੋ। ਬਾਬਾ ਨੇ ਟਾਂਗਿਆਂ ਨੇ ਬਿਠਾਇਆ, ਬਿਆਸਾ ਕੋਲ ਨਿਵਾ ਥਾਂ ਉਹਦੇ ਕੋਲ ਆਣ ਕੇ ਫਿਰ ਅਸੀਂ ਆ ਗਏ। ਫਿਰ ਉੱਥੇ ਗੱਡੀ ਆਈ ਹੈ, ਗੱਡੀ 'ਚ ਉਹਨੇ
ਰਾਜਾ। ਅੱਛਾ, ਫਿਰ ਤੁਸੀਂ ਕਿੱਥੇ ਪਹੁੰਚੇ? ਪਟਿਆਲੇ। ਪਟਿਆਲੇ ਸ਼ਹਿਰ 'ਚ ਫਿਰ ਜ਼ਮੀਨ ਕਿੱਥੇ ਕਿਹੜੇ ਪਿੰਡ ਅਲਾਟ ਹੋਈ ਤੁਹਾਨੂੰ? ਹੁਣ ਅਸੀਂ ਇਸ ਕਸਬੇ ਅਲਾਟ। ਨਹੀਂ ਨਹੀਂ, ਉਸ ਤੋਂ ਬਾਅਦ ਸਿੱਧੀ ਇੱਥੇ ਹੋ ਗਈ ਤੁਹਾਨੂੰ ਅਲਾਟ? ਨਾ, ਉੱਥੋਂ ਫਿਰ ਅਸੀਂ ਸਮਾਣੇ ਬਰਾਜਾਂ ਪੱਤੀ ਆ ਗਏ। ਅੱਛਾ, ਉੱਥੇ ਵੈਸੇ ਰਹਿ ਕੇ ਜ਼ਮੀਨ ਸੀ ਉੱਥੇ? ਉੱਥੇ ਸਾਨੂੰ ਜ਼ਮੀਨ ਕੱਚੀ ਅਲਾਟਮੈਂਟ ਗੌਰਮੈਂਟ ਦਿੱਤੀ ਸੀ। ਅੱਛਾ, ਕੋਈ 20-20 ਵੀਘੇ ਮੁਸਲਮਾਨਾਂ ਦੇ ਡੰਗਰ ਜਿਹੜੇ ਰਹਿ ਗਈਆਂ ਗਾਇਆਂ ਮੱਝਾਂ ਉਹ ਦਿੱਤੀਆਂ ਦੋ ਦੋ। ਅੱਛਾ, ਦੁੱਧ ਪੀਓ ਤੇ ਖਾਓ, ਉੱਥੇ ਰਹੇ ਅਸੀਂ। ਅੱਛਾ, ਫਿਰ ਇੱਥੇ ਤੁਹਾਨੂੰ ਉਦੋਂ ਬਾਅਦ ਇੱਥੇ ਕਿੰਨੇ ਕੁ ਸਾਲਾਂ ਬਾਅਦ ਅਲਾਟਮੈਂਟ ਹੋਈ? ਇੱਥੇ ਆਏ ਉਦੋਂ ਬਾਅਦ 4-5 ਸਾਲ ਬਾਅਦ। ਅੱਛਾ, ਇੱਥੇ ਫਿਰ ਤੁਹਾਨੂੰ ਜ਼ਮੀਨ ਜਿਹੜੀ ਉੱਥੇ ਤੁਹਾਡੇ ਪਿੱਛੇ ਸੀ ਉਹ ਨਹੀਂ ਮਿਲ ਗਈ ਜਾਂ ਘੱਟ? ਨਾ, ਇੱਥੇ ਮਿਲੀ ਹੈ 5 ਮਰੱਬੇ। ਮਤਲਬ ਉੱਥੇ 10 ਸੀ? ਉੱਥੇ 12 ਮਰੱਬੇ ਸੀ। ਅੱਛਾ, ਤੁਹਾਡੀ ਆਪਣੇ ਖਾਨਦਾਨ? ਸਾਡੇ 10 ਮਰੱਬੇ ਸਾਡੇ ਪਿੰਡ ਸੀ, 2 ਮਰੱਬੇ ਨਾਲ 4 ਮੀਲ ਦੇ ਇੱਕ ਅਕਬਰ ਪਿੰਡ ਸੀ, ਸਾਡੇ ਦਾਦੇ ਉੱਥੇ ਖਰੀਦੀ। ਅਕਬਰ ਕਿ ਅਕਬਰਪੁਰ? ਅਕਬਰ। ਅੱਛਾ, ਅਕਬਰਪੁਰ। ਅੱਛਾ, ਉੱਥੇ ਸੀ? ਉੱਥੇ ਸੀ। ਅਤੇ ਇੱਥੇ ਤੁਹਾਨੂੰ ਸਿਰਫ 5 ਮਰੱਬੇ ਮਿਲੀ ਆ? ਇੱਥੇ 5 ਮਰੱਬੇ। ਅਤੇ ਜਿਹੜਾ ਤੁਹਾਡੇ ਬਾਕੀ ਪਿੰਡ ਦੇ ਸੀ ਤੁਹਾਡਾ ਸ਼ਰੀਕਾ ਬਰਾਦਰੀ, ਉਹ ਕਿਹੜੇ ਪਿੰਡ 'ਚ ਬੈਠਾ? ਉਹ ਤਾਂ ਕੋਈ ਮਿਆਲੀ ਬੈਠੇ ਨੇ। ਮਿਆਲੀ ਮਤਲਬ ਸਮਾਣੇ ਕੋਲ? ਸਮਾਣੇ ਕੋਲ, ਜ਼ਿਆਦਾ ਉੱਥੇ ਹੀ ਨੇ। ਅਤੇ ਬਾਕੀ ਹੋਰ ਇੱਧਰ ਉੱਧਰ ਕੋਈ ਰਸੂਲਪੁਰ ਜੋੜਾ, ਇੱਧਰ ਰਸੂਲਪੁਰ ਇੱਥੇ ਲੋਕ ਘਰ ਨੇ, ਭਰਾਣਾ ਦਾ ਘਰ ਇੱਥੇ ਵੇ। ਰਸੂਲਪੁਰ ਜੋੜੇ ਇੱਥੇ ਵੀ ਬੈਠੇ ਨੇ? ਸਾਡਾ ਇੱਥੇ ਪਟਿਆਲੇ 'ਚ ਹੀ ਆ। ਰਸੂਲਪੁਰ ਜੋੜਾ ਪਟਿਆਲੇ ਇੱਧਰ ਹੀ ਆ? ਨਾ, ਉਹ ਨਹੀਂ, ਦੋ ਇੱਕ ਹੋਰ ਰਸੂਲਪੁਰ ਇੱਧਰ। ਉਹ ਤਾਂ ਹਰਿਆਣਾ 'ਚ ਫਿਰ? ਨਾ, ਪੰਜਾਬ ਵਿੱਚ। ਅੱਛਾ ਅੱਛਾ, ਕੁਛ ਉੱਥੇ ਬੈਠੇ ਨੇ? ਹਾਂ, ਕੁਛ ਇੱਥੇ ਬੈਠੇ ਨੇ। ਅਤੇ ਤੁਹਾਨੂੰ ਮਤਲਬ ਭਰਾਵਾਂ ਦੋਵਾਂ, ਤਿੰਨ ਭਰਾ ਹੋ ਤੁਸੀਂ, ਤਿੰਨਾਂ ਨੂੰ ਇੱਥੇ ਅਲਾਟਮੈਂਟ? ਚਾਰਾਂ ਨੂੰ ਇੱਥੇ। ਚਾਰਾਂ ਨੂੰ? ਅੱਛਾ ਅੱਛਾ, ਅਤੇ ਹੁਣ ਚਾਰਾਂ 'ਚ ਤੁਸੀਂ ਤੁਸੀਂ ਹੋ ਕੇ ਹੋਰ ਹੈਗਾ ਕੋਈ? ਉਹਨਾਂ 'ਚ ਮੈਂ ਹੈਗਾ, ਹੋਰ ਤਾਂ ਕੋਈ ਨਹੀਂ ਹੈ। ਇੱਕ ਭਰਾ ਤੁਹਾਡੇ ਵੱਲ? ਤਿੰਨ ਭਰਾ ਹੈ ਨਹੀਂ ਹੁਣ? ਡੈਥ ਹੋ ਗਈ ਉਹਨਾਂ ਦੀ? ਹੁਣ ਡੈਥ ਹੋ ਗਈ, ਇਹਦਾ ਪਿਤਾ ਜੀ ਦਾ ਡੈਥ ਹੋ ਗਈ, ਛੋਟਾ ਸੀ, ਸੁੱਖੇ ਦੀ ਵੀ ਹੋ ਗਈ ਅਤੇ ਫੌਜੀ ਦੀ ਵੀ। ਪਿਛਲਾ ਪਿੰਡ ਕੋਈ ਯਾਦ ਨੀ ਹੁੰਦਾ, ਹੁਣ ਤੇ ਪਲ ਪਲ ਗਏ, ਹੁਣ ਤੇ ਆਪਣੇ ਇੱਥੇ ਇਹੋ ਪਿੰਡ, ਇਹੋ ਆਪਣੇ ਬੱਚਿਆਂ ਨੂੰ। ਚਲੋ ਹੈ, ਪਰ ਉੱਥੇ ਫਿਰ ਵੀ ਜਿਹੜੇ ਜੰਮਣ ਪੋਇਆ ਉਹਦੇ ਬਾਰੇ ਕੁਛ? ਪਿੱਛੇ ਜਿਹਦੇ ਬਾਪ ਨਾਲ ਹੋਈ ਸਲਾਹ ਵੀ ਜਾਈਏ, ਪਾਸਪੋਰਟ ਵੀ ਬਣਾਇਆ, ਬਸ ਗਏ ਨਹੀਂ ਅਜੇ ਤੱਕ ਤੁਸੀਂ ਮੁੜ ਕੇ? ਗਏ ਨਹੀਂ ਫਿਰ। ਅੱਛਾ, ਅਤੇ ਇੱਥੇ ਹੁਣ ਕੁਛ ਕਿਸੇ ਚੀਜ਼ ਦਾ ਘਾਟਾ ਤਾਂ ਹੈ ਨਹੀਂ, ਇੱਥੇ ਕਮੀ ਤਾਂ ਕਿਸੇ ਚੀਜ਼ ਦੀ? ਇੱਥੇ ਮੌਜਾਂ ਬਣੀਆਂ ਨੇ। ਹਾਂਜੀ, ਸ਼ਹਿਰ ਬਣ ਗਈ, ਜ਼ਮੀਨ ਹੈ। ਹਾਂਜੀ, ਸ਼ਹਿਰ ਨਾਲ ਹੀ ਆ ਗਿਆ ਤੁਹਾਡੇ ਇੱਥੇ ਪਟਿਆਲਾ? ਪਟਿਆਲੇ। ਅਤੇ ਇੱਥੇ ਹੁਣ ਤੁਹਾਡਾ ਫਿਰ ਤੁਹਾਡਾ ਕੀ ਬਾਲ ਬੱਚਾ? ਇੱਕ ਮੁੰਡਾ ਹੈ। ਅੱਛਾ, ਦੋ ਕੁੜੀਆਂ ਨੇ ਨਾ? ਤਿੰਨ ਕੁੜੀਆਂ। ਤਿੰਨ? ਇੱਕ ਬਿੰਦੀਆ, ਇੱਕ ਨਿੰਦੋ। ਮੁੰਡੇ ਦੀਆਂ ਕੁੜੀਆਂ ਕਿਹਨਾਂ ਦੀਆਂ? ਅੱਛਾ, ਮੇਰੀਆਂ ਤਿੰਨ ਕੁੜੀਆਂ, ਇੱਕ ਮੁੰਡਾ। ਅੱਛਾ, ਇੱਕ ਮੁੰਡਾ। ਅਤੇ ਉਹ ਕੀ ਕਰਦਾ ਕਾਰੋਬਾਰ? ਉਹ ਪੰਜਾਬੀ ਯੂਨੀ ਲਾ ਦਾ ਪ੍ਰੋਫੈਸਰ ਹੈ। ਅੱਛਾ, ਹਾਂ, ਕੀ ਨਾਂ? ਭੁਪਿੰਦਰ ਸਿੰਘ ਵਿਰਕ। ਭੁਪਿੰਦਰ ਹੈਡ ਹੈ ਉੱਥੇ ਰਾਜ ਯੂਨੀਵਰਸਿਟੀ ਦਾ। ਅੱਛਾ, ਇੱਥੇ ਲਾਅ ਕਾਲਜ ਦਾ? ਅੱਛਾ, ਲਾਅ ਕਾਲਜ। ਠੀਕ ਹੈ। ਠੀਕ ਹੈ, ਅਤੇ ਮਤਲਬ ਇੱਥੇ ਤਾਂ ਪੋਤਰੇ ਦੋਤਰੇ ਪੋਤਰੇ ਸਾਰੇ ਇੱਥੇ ਹੀ ਨੇ? ਅੱਛਾ, ਇੱਕ ਕੁੜੀ ਜਿਹੜੀ ਉਹ ਮਿੰਦਰਾ ਕਾਲਜ ਹੈਡ ਲਾ ਜੋਗ੍ਰਾਫੀ ਦੀ ਪ੍ਰੋਫੈਸਰ ਹੈ। ਅੱਛਾ, ਠੀਕ ਹੈ। ਇੱਕ ਦੂਜੀ ਤੁਹਾਡੀ ਬੇਟੀ ਕਿਹਾ ਮੈਨੂੰ? ਹੈਂ, ਤੁਹਾਡੀ ਬੇਟੀ? ਬੇਟੀ। ਅੱਛਾ, ਇੱਕ ਕੁੜੀਆ ਜਿਹੜੀ ਜਰੌਣ ਲੱਗੀ ਬਿੰਦੀਆ, ਇਹ ਵੀ ਲਸ਼ਕਰ ਲੱਗੀ ਹੈ। ਅੱਛਾ ਅੱਛਾ, ਇਹ ਹੈਂਡੀਕੈਪਟ ਜਮਾਂਦਰੀ, ਇਹ ਵੀ ਲਸ਼ਕਰ ਲੱਗੀ ਹੈ। ਉਸ ਮੌਜ ਬਣੀ ਹੈ, ਮਾਰ ਰੱਬ ਨੇ ਰੰਗ ਲਾਇਆ, ਬੱਚੇ ਪੜ੍ਹੇ ਲਿਖੇ ਨੇ। ਹਾਂਜੀ, ਚਲੋ, ਤੁਸੀਂ ਪਿੰਡ ਆਪਣਾ ਜਾਣਦੇ ਹੋ, ਮੰਨ ਲਿਆ ਮੌਕਾ ਮਿਲਦਾ ਤਾਂ ਆਪਣਾ ਘਰ ਲੱਭ ਲਓਗੇ ਤੁਸੀਂ? ਹਾਂ, ਲੱਭ ਲਾਂਗੇ। ਕਿਹੜੇ ਪਾਸੇ ਸੀ ਪਿੰਡ ਤੁਹਾਡਾ ਘਰ? ਘਰ ਸਾਰਾ ਸੜਕ ਦੇ ਉੱਤੇ ਆਏ ਪਾਸੇ ਨੂੰ। ਪਿੰਡ ਦੀ ਕੋਈ ਨਿਸ਼ਾਨੀ? ਕੋਈ ਪਿੱਪਲ, ਕੋਈ ਬੋਰਡ, ਕੋਈ ਖੂਹ? ਦੋ ਪਿੱਪਲ ਸੀ ਸਾਹਮਣੇ ਸਾਡੇ ਚੌਂਟਰ ਅੱਗੇ, ਜਿੱਥੇ ਅਸੀਂ ਪੀਂਘਾਂ ਪਾ ਲਿਆ ਕਰਦੇ ਹਾਂ। ਅੱਛਾ, ਹੋਰ ਕੋਈ ਇਹੋ ਜਿਹੀ ਚੀਜ਼ ਜਿਹੜੀ ਫੁੱਸਦਾ ਹੋਵੇ? ਪਿੱਪਲ ਬੋਰਡ ਹੋਣ ਅਜੇ ਵੀ? ਨਾ, ਪਿੱਪਲ ਸੀ, ਕਬੋਰ ਸੀ ਅੱਗੇ ਚੌਂਟਰਾ। ਉੱਥੇ ਤੁਹਾਡਾ ਮੁਸਲਮਾਨਾਂ ਨਾਲ ਆਲੇ ਦੁਆਲੇ ਪਿੰਡਾਂ ਨਾਲ ਕਿਸ ਤਰ੍ਹਾਂ ਦਾ ਵਰਤਾਓ ਸੀ? ਠੀਕ, ਚੰਗਾ ਪਿਆਰ ਸੀ ਸਾਡੇ ਨਾਲ, ਮਤਲਬ ਭੈਣਾਂ ਭਰਾਵਾਂ ਰਹਿੰਦੇ ਸੀ, ਐਨ ਪੂਰੀ ਤਰ੍ਹਾਂ ਪਿਆਰ ਸੀ। ਵਿਆਹ ਸ਼ਾਦੀਆਂ 'ਤੇ ਜਾਂਦੇ ਸੀ ਇੱਕ ਦੂਜੇ ਦੇ? ਅਸੀਂ ਤਾਂ ਇੰਨੇ ਨਹੀਂ ਜਾ ਗਏ, ਛੋਟੇ ਤਾਂ ਜਾਂਦੇ ਹੋਣਗੇ, ਬਜ਼ੁਰਗ ਜਾਂਦੇ ਹਨ, ਭਾਈਚਾਰਾ ਸੀ। ਅਤੇ ਖਾਣ ਪੀਣ ਇਕੱਠਾ ਖਾ ਲੈਂਦੇ ਸੀ ਕਿ ਨਹੀਂ? ਨਹੀਂ, ਖਾਂਦੇ ਵੱਖੋ ਵੱਖ ਸਨ, ਦੁੱਧ ਇਕੱਠਾ ਪੀ ਲੈਂਦੇ, ਰੋਟੀ ਪਾਣੀ ਨਹੀਂ ਖਾਂਦੇ। ਅੱਛਾ, ਦੁੱਧ ਪੀ ਲੈਣਾ? ਅੱਛਾ, ਦੂਜੇ ਦੇ ਘਰੋਂ ਦੁੱਧ ਪੀ ਲੈਣਾ? ਦੁੱਧ ਪੀ ਲੈਣਾ, ਰੋਟੀ ਰੋਟੀ ਨਹੀਂ ਖਾਣੀ? ਰੋਟੀ ਆਪਣੀ ਆਪਣੀ ਖਾਣੀ।
ਜਾਂ ਮਤਲਬ ਵਿਆਹ ਸ਼ਾਦੀਆਂ ਤੇ ਵੀ ਆਪਣੀ ਹੁੰਦੀ ਸੀ? ਵਿਆਹ ਸ਼ਾਦੀਆਂ ਨੇ ਆਪਣੇ ਘਰੋਂ ਦੁੱਧ ਪੀ ਕੇ ਜਾਣਾ, ਰੋਟੀ ਆਪਣੇ ਉੱਥੇ ਜਾਣਾ, ਨਿਉਂਦਾ ਪਾ ਕੇ ਤੇ ਬੜੀ ਗੱਲ ਜ਼ੋਰ ਦਿੱਤਾ ਦੁੱਧ ਪੀ ਲਿਆ, ਨਹੀਂ ਤੇ ਆਇਆ ਬਸ ਕੋਈ ਚੀਜ਼ ਨਹੀਂ। ਉਹ ਮੁਸਲਮਾਨ ਤੁਹਾਡੇ ਉਹ ਵੀ ਨਹੀਂ ਪੀਂਦੇ ਖਾਂਦੇ ਤੁਹਾਡੇ ਘਰਾਂ 'ਚ? ਨਾ ਉਹ ਤਾਂ ਖਾ ਪੀ ਲੈਂਦੇ ਹਾਂ, ਉਹ ਤੁਹਾਡੇ ਖਾ ਲੈਂਦੇ, ਉਹ ਖਾ ਲੈਂਦੇ ਹਾਂ। ਤੁਸੀਂ ਕਿਉਂ ਨਹੀਂ ਖਾਂਦੇ, ਕਿਉਂ ਨਹੀਂ ਖਾਂਦੇ? ਅਸੀਂ ਉਹਨਾਂ ਦੇ ਭਾਂਡੇ ਵੱਖਰੇ ਰੱਖੇ ਸਾਂ। ਨਹੀਂ ਤੁਸੀਂ ਖਾਂਦੇ ਕਿਉਂ ਨਹੀਂ ਸੀ ਉਹਨਾਂ ਨਾਲ? ਬਈ ਇਹ ਗਾਈਆਂ ਖਾਂਦੇ ਨੇ ਇਸ ਕਰਕੇ। ਅੱਛਾ, ਇਸ ਕਰਕੇ। ਅੱਛਾ, ਉਹਨਾਂ ਨੇ ਸਾਡੇ ਕੋਲ ਆਉਂਦੇ ਅਸੀਂ ਇੱਥੇ ਛੰਨੇ ਰੱਖੇ ਲੈ ਭਾਈ, ਆਹ ਦੁੱਧ ਪੀ ਲੈ, ਆਹ ਲੱਸੀ ਪੀ ਲੈ। ਅੱਛਾ, ਉਹ ਉਹਨਾਂ ਅਸੀਂ ਫਿਰ ਧੋ ਕੇ ਉਹਨੂੰ ਕਹਿੰਦੇ ਧੋਰੇ ਧੋ ਕੇ ਰੱਖਣੇ ਆ ਕਿ ਬਾਹਰ। ਅਤੇ ਤੁਹਾਡੇ ਨਾਲ ਵੀ ਵੱਖਰੇ ਰੱਖੇ ਸੀ ਭਾਂਡੇ ਕਿ ਤੁਸੀਂ ਵੀ ਰੱਖੇ ਸੀ ਉਹਨਾਂ ਲਈ? ਹੈਂ, ਤੁਹਾਡੇ ਵਾਸਤੇ ਵੀ ਉਹਨਾਂ ਨੇ ਭਾਂਡੇ ਵੱਖਰੇ ਰੱਖੇ ਸੀ ਜੇ ਤੁਸੀਂ ਜਦੋਂ ਜਾਂਦੇ ਸੀ ਉਹਨਾਂ ਦੇ? ਉਹਨਾਂ ਕੋਲ, ਹਾਂ ਉਹਨਾਂ ਕੋਲ ਤਾਂ ਅਸੀਂ ਦੁੱਧ ਪੀਂਦੇ, ਰੋਟੀਆਂ ਨਹੀਂ ਹੈਗਾ। ਦੁੱਧ ਵੀ ਤਾਂ ਭਾਂਡੇ ਆਪਣਾ ਜੀ ਦਿੰਦੇ ਉਹਨਾਂ ਨੇ ਉਹ? ਆਹੋ, ਅਸੀਂ ਤਾਂ ਦੁੱਧ ਪੀਂਦੇ ਜੀ। ਹਾਂ, ਠੀਕ ਆ ਜੀ, ਬਹੁਤ ਬਹੁਤ ਤੁਹਾਡਾ ਸ਼ੁਕਰੀਆ, ਤੁਸੀਂ ਸਾਡੇ ਨਾਲ ਗੱਲਾਂ ਸ਼ੇਅਰ ਕੀਤੀਆਂ। ਜੇ ਨਹੀਂ ਖੇਡਦਿਆਂ ਮਲਦਿਆਂ ਸੌ ਕਈ ਵਾਰੀ ਗੁੱਲੀ ਡੰਡਾ ਖੇਡਦਿਆਂ, ਕਬੱਡੀ ਖੇਡਦਿਆਂ ਝਗੜਾ ਹੋ ਜਾਂਦਾ ਕਿਸੇ ਨਾਲ ਜਾਂ ਕਿਸ ਤਰ੍ਹਾਂ, ਜਾਂ ਕੋਈ ਜਦੋਂ ਅਸੀਂ ਜਾਂ ਮਾੜੇ ਉੱਠੇ ਉਦੋਂ ਕਹਾਣਾ ਕਬੱਡੀਆਂ ਕਬੱਡੀਆਂ ਬੰਦ ਹੀ ਹੋ ਗਈਆਂ। ਹਾਂ, ਅੱਛਾ ਅੱਛਾ, ਚਲੋ ਜੀ, ਠੀਕ ਹੈ, ਬਹੁਤ ਬਹੁਤ ਮਿਹਰਬਾਨੀ, ਚੰਗਾ ਜੀ।